ਸ਼ਰਧਾਲੂਆਂ ਨਾਲ ਭਰੀ ਗੱਡੀ ਵੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿੱਥੇ ਇੱਕ ਪਿਕਅਪ ਗੱਡੀ ਤੇ ਇੱਕ ਟਰਾਲੇ ਦੀ ਜ਼ੋਰਦਾਰ ਟੱਕਰ ਹੋਈ ਹੈ। ਇਸ ਵਿੱਚ 2 ਮਹਿਲਾਵਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 8 ਦੇ ਕਰੀਬ ਲੋਕ ਜ਼ਖਮੀ ਨੇ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਗਏ ਸਨ ਅਤੇ ਉੱਥੋਂ ਹੀ ਵਾਪਸ ਪਰਤ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਆਮੋ ਸਾਹਮਣੇ ਟੱਕਰ ਹੋਈ ਹੈ ਪਿਕਅਪ ਗੱਡੀ ਤੇ ਟਰਾਲੇ ਦੀ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ, 2 ਔਰਤਾਂ ਵੀ ਸ਼ਾਮਲ ਨੇ। ਮ੍ਰਿਤਕਾਂ ਦੇ ਵਿੱਚ 8 ਲੋਕ ਬੁਰੀ ਤਰ੍ਹਾਂ ਜ਼ਖਮੀ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਤਸਵੀਰਾਂ ਦੇ ਵਿੱਚ ਗੱਡੀਆਂ ਦਾ ਹਾਲ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੈ। ਦੇਖਣ ਵਾਲਿਆਂ ਦੀ ਰੂਹ ਤੱਕ ਕੰਬ ਗਈ ਹੈ। ਤਸਵੀਰਾਂ ਦੇ ਵਿੱਚ ਜ਼ਰਾ ਗੌਰ ਨਾਲ ਦੇਖੋ ਇਹਨਾਂ ਗੱਡੀਆਂ ਦਾ ਕੀ ਹਾਲ ਹੋਇਆ ਹੈ। ਗੱਡੀਆਂ ਦੇ ਪੁਰਜੇ ਤੱਕ ਸੜਕ ਤੇ ਖਿਲਰੇ ਪਏ ਨੇ, ਟਾਇਰ ਵੱਖ ਹੋ ਚੁੱਕੇ ਨੇ। ਇਹ ਪਿਕਅਪ ਗੱਡੀ ਤੇ ਟਰਾਲੇ ਦੀ ਜ਼ੋਰਦਾਰ ਟੱਕਰ ਹੋਈ ਹੈ, ਜਿਸ ਵਿੱਚ 5 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ, ਜਦਕਿ 8 ਲੋਕ ਅਜੇ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਦੱਸ ਦਈਏ ਕਿ ਇਹ ਹਾਦਸਾ ਫਰੀਦਕੋਟ ਦੇ 5 ਗ੍ਰਾਈ ਖੁਰਦ ਦੇ ਨੇੜੇ ਵਾਪਰਿਆ ਹੈ, ਜਿੱਥੇ ਬਾਗਾ ਪੁਰਾਣਾ ਦੇ ਇੱਕ ਧਾਰਮਿਕ ਸਥਾਨ ਤੇ ਇਹ ਸ਼ਰਧਾਲੂ ਮੱਥਾ ਟੇਕਣ ਦੇ ਲਈ ਗਏ ਸਨ। ਟਾਟਾ ਪਿਕਅਪ ਗੱਡੀ ਦੇ ਵਿੱਚ ਸਵਾਰ ਹੋ ਕੇ ਵਾਪਸ ਪਰਤਦਿਆਂ ਇਹਨਾਂ ਦੀ ਇੱਕ ਟਰਾਲੇ ਦੇ ਨਾਲ ਜ਼ੋਰਦਾਰ ਟੱਕਰ ਹੋ ਜਾਂਦੀ ਹੈ। ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ, ਜਿਨ੍ਹਾਂ ਦੇ ਵਿੱਚ 2 ਔਰਤਾਂ ਵੀ ਸ਼ਾਮਲ ਨੇ। 8 ਲੋਕ ਜ਼ਖਮੀ ਪਏ ਹੋਏ ਨੇ, ਜੋ ਵੱਖ ਵੱਖ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਸ਼ਰਧਾਲੂ ਪਿੰਡ ਮਰਾੜ ਕਲਾਂ ਦੇ ਰਹਿਣ ਵਾਲੇ ਸਨ, ਜੋ ਕਿ ਬਾਗਾ ਪੁਰਾਣਾ ਦੇ ਪਿੰਡ ਨਿਗਾਹਾਂ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਗਏ ਸਨ। ਮੱਥਾ ਟੇਕ ਕੇ ਵਾਪਸ ਪਰਤਦਿਆਂ ਇਹ ਵੱਡਾ ਹਾਦਸਾ ਵਾਪਰਿਆ ਹੈ। ਪਰਿਵਾਰਾਂ ਦੇ ਵਿੱਚ ਸੱਥਰ ਵਿਛੇ ਹੋਏ ਨੇ, 5 ਲੋਕਾਂ ਦੀ ਇੱਥੇ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚ 2 ਔਰਤਾਂ ਵੀ ਨੇ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਿੱਥੋਂ ਆ ਰਹੇ ਸੀਗੇ? ਕਿੱਥੇ ਆ ਰਹੇ? ਬਾਬੇ ਪੀਰ ਨਗਾਏ ਤੋਂ ਆ ਰਹੇ ਸੀਗੇ ਜੀ। ਅਸੀਂ ਆਪਦੀ ਸਾਈਡ ਤੇ ਅੱਗੋਂ ਸੀ ਦਾ ਟਰਾਲਾ ਦੇਖਿਆ, ਅਸੀਂ ਰੋਕ ਚੁੱਕੇ ਸੀਗੇ। ਤੁਸੀਂ ਕਾਹਦੇ ਤੇ ਸੀ? ਅਸੀਂ ਛੋਟੇ ਹਾਥੀ ਤੇ ਸੀਗੇ ਜੀ। ਸਾਨੂੰ ਇੱਕੇ ਵਾਰੀ ਜਦ ਟਰਾਲੇ ਨੇ ਫੇਟ ਮਾਰੀ, ਚੱਕ ਕੇ ਸਾਡੀ ਦੋਵੇਂ ਪਾਸੇ ਖੇਡਤੇ ਜੀ। ਅਗਲਾ ਪਾਸਾ ਅੱਡ ਕਰਤਾ, ਪਿਛਲਾ ਅੱਡ ਕਰਤਾ, ਜਿਹਦੇ ਵਿੱਚ ਸਾਡੀ 5 ਜਣਿਆਂ ਦੀ ਮੌਤ ਹੋ ਚੁੱਕੀ ਹੈ ਜੀ। ਇੱਕ ਮੇਰੀ ਵਾਈਫ ਦੀ, 2 ਮੇਰੇ ਯਾਰ ਦੋਸਤ ਸੀ, ਇੱਕ ਡਰਾਈਵਰ ਦੀ, ਇਸ 5 ਜਣੇ ਇਸ ਤੱਕ ਮੌਤ ਚੁੱਕੇ। ਇੱਕੋ ਪਿੰਡ ਦੇ ਸੀਗੇ, ਮਰਾੜ ਕਲਾਂ ਦੇ ਜੀ। ਤੁਸੀਂ ਵੀ ਸਵਾਰ ਸੀ ਉਹਦੇ ਵਿੱਚ? ਹਾਂਜੀ, ਮੈਂ ਵੀ ਸਵਾਰ ਸੀ। ਸੱਟਾਂ ਵੀ ਵੱਜੀਆਂ। ਕਿੰਨੇ ਬੰਦੇ ਸਵਾਰ ਸੀ? ਤਕਰੀਬਨ ਜੀ ਬੰਦੇ ਅਸੀਂ 10-11 ਬੰਦੇ ਸੀ, ਵਿੱਚ ਬੱਚੇ ਸੀਗੇ ਜੀ, 3-4 ਬੱਚੇ ਸੀ। ਕੋਈ ਜ਼ਖਮੀ ਵੀ ਹੋਏ? ਜ਼ਖਮੀ ਸਾਰੇ ਹੋਏ ਆ ਜੀ। ਕੀ ਚਾਹੁੰਦੇ? ਸਾਨੂੰ ਇਨਸਾਫ਼ ਚਾਹੀਦਾ ਜੀ। ਅਤੇ ਉਹ ਟਰੱਕ ਵਾਲਾ? ਟਰੱਕ ਵਾਲਾ ਜੀ ਉੱਥੇ ਹੀ ਸੀਗਾ ਜੀ, ਦੇਖੋ ਫੜਿਆ ਹੋਇਆ ਹੈਗਾ ਜੀ। ਐਕਸੀਡੈਂਟ ਹੋਇਆ ਜੀ ਰਾਤ ਦੇ ਕੋਈ 1:30 ਵਜੇ, 5 ਗ੍ਰਾਈ ਤੋਂ ਇੱਧਰੋਂ ਜਦੋਂ ਜਾਂਦੇ 5 ਗ੍ਰਾਈ ਟੱਪ ਕੇ ਹੱਦ ਦੇ ਨੇੜੇ ਐਕਸੀਡੈਂਟ ਹੋਇਆ, ਘੋੜੇ ਟਰਾਲੇ ਨਾਲ, ਛੋਟੇ ਹਾਥੀ ਦਾ। ਮੇਰੇ ਪਿੰਡ ਦੇ ਕੋਈ 10-12 ਬੱਚੇ, ਬੰਦੇ, ਔਰਤਾਂ ਉੱਥੇ ਮੱਥਾ ਟੇਕ ਕੇ ਆ ਰਹੇ ਸੀ ਰਾਤ ਨੂੰ। ਜਦੋਂ ਉੱਧਰ ਨੂੰ ਦੂਸਰੇ ਪਾਸਿਓਂ ਆ ਰਿਹਾ ਸੀਗਾ ਘੋੜਾ ਟਰਾਲਾ, ਉਹਨੇ ਰੋਂਗ ਸਾਈਡ 'ਤੇ, ਜਿਵੇਂ ਇਹ ਦੱਸਦੇ ਆ, ਰੋਂਗ ਸਾਈਡ 'ਤੇ ਆ ਕੇ ਸਿੱਧਾ ਇਹਨਾਂ ਨੇ, ਇਹਨੂੰ ਪਤਾ ਲੱਗਿਆ ਵੀ ਉਹ ਗਲਤ ਆ ਰਿਹਾ, ਇਹਨਾਂ ਨੇ ਜਮ੍ਹਾਂ ਇੱਕ ਪਾਸੇ ਲਾ ਲਿਆ, ਪਰ ਉਹਨੇ ਸਿੱਧੀ ਟੱਕਰ ਮਾਰੀ, ਜਾਂ ਤਾਂ ਉਹ ਸੌਂ ਗਿਆ, ਪਰਮਾਤਮਾ ਜਾਣਦਾ ਕੀ ਗੱਲ ਹੋਈ ਆ, ਅਤੇ ਬੁਰੀ ਤਰ੍ਹਾਂ ਫੱਟੜ ਹੋਏ ਆ। 5 ਜਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਬੜਾ ਭੈੜਾ ਦਰਦਨਾਕ ਹਾਦਸਾ ਹੋਇਆ।